ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਆਓ ਜਾਣਦੇ ਹਾਂ ਪਿੰਡ ਗੁੱਜਰਪੁਰ ਦਾ ਇਹ ਨਾਮ ਕਿਵੇਂ ਪਿਆ ਤਹਿਸੀਲ ਗੜਸ਼ੰਕਰ ਦਾ ਪਿੰਡ ਗੁੱਜਰਪੁਰ ਹਿਾਰਪੋੜ ਗੜਸ਼ੰਕਰ ਤੋਂ 1.5 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਸੈਲਾਖੁਰਦ ਤੋਂ 4 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਸ ਪਿੰਡ ਨੂੰ 350 ਸਾਲ ਪਹਿਲਾਂ ਮਾਲਵੇ ਦੇ ਫੂਲ ਮਰਾਜ ਪਿੰਡ ਤੋਂ ਗੁੱਜਰ ਸਿੰਘ ਜੱਟ ਨੇ ਆ ਕੇ ਆਬਾਦ ਕਰਵਾਇਆ ਜਿਸ ਕਰਕੇ ਪਿੰਡ ਦਾ ਨਾਮ ਗੁੱਜਰਪੁਰ ਪੈ ਗਿਆ ਗੁਜਰ ਸਿੰਘ ਜੱਟ ਇੱਥੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਅਤੇ ਇਸ ਥਾਂ ਤੋਂ ਪ੍ਰਭਾਵਿਤ ਹੋ ਕੇ ਇੱਥੇ ਹੀ ਵਸ ਗਿਆ। ਅੰਗਰੇਜ਼ਾਂ ਦੇ ਰਾਜ ਸਮੇਂ ਪਿੰਡ ਦਾ ਸਫਾਈ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਗੁਜਰਪੁਰ ਸਾਰੀ ਰਿਆਸਤ ਵਿੱਚ ਪਹਿਲੇ ਨੰਬਰ ਤੇ ਆਇਆ। ਅੰਗਰੇਜ਼ਾਂ ਨੇ ਖੁਸ਼ ਹੋ ਕੇ ਸ਼੍ਰੀ ਦਿੱਤਾ RAM ਨੂੰ ਜ਼ਗੀਰ ਦਿੱਤੀ, ਬਾਬੂ ਦਾ ਖਿਤਾਬ ਦਿੱਤਾ ਅਤੇ ਪਿੰਡ ਵਿੱਚ ਕਚਹਿਰੀ ਲਗਾਉਣ ਦਾ ਹੁਕਮ ਦਿੱਤਾ ਜਿਸ ਜਗ੍ਹਾ ਤੇ ਬਾਬੂ ਜੀ ਕਚਹਿਰੀ ਲਗਾਉਂਦੇ ਸਨ ਉਹ ਥੜਾ ਪਿੰਡ ਵਿੱਚ ਮੌਜੂਦ ਹੈ। ਔਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਧੰਨਵਾਦ